ਚਲਾਨ ਲਾਉਂਦੇ ਨੇ ਜਿਹੜੇ ਨਾ ਬਿਨਾ ਵਰਦੀਆਂ ਤੋਂ ਖੜੇ ਨੇ ਤੇ ਉਹਨਾਂ ਦੇ ਹੀ ਚਲਾਨ ਕਰ ਰਹੇ ਆ ਤੇ ਜਿਹੜਾ ਰੌਂਗ ਪਾਰਕ ਲਾਊਗਾ ਉਹਦਾ ਵੀ ਚਲਾਨ ਕਰਾਂਗੇ ਅਰੁਣ ਕੁਮਾਰ ਹੈ ਜੀ ਗੋਟੇ ਵੀ ਤੁਹਾਡੇ ਖਿਲਾਫ ਮੇਰੇ ਗੋਟੇ ਪਾਣੀ ਪੈਂਦਾ ਮੈਂ ਤੋੜਨੇ ਮੈਂ ਹੋਰ ਕੋਈ ਕੰਮ ਨਹੀਂ ਕਰ ਮੇਰੀ ਮਜਬੂਰੀ ਹੈ ਇਹ ਮੈਂ ਇਰਿਸ਼ਕਾ ਮਜਬੂਰੀ ਨਾਲ ਚਲਾਨਾ ਵਾ ਨਿੱਕੀ ਗੱਲ ਹੋਰ ਭਾਈ ਕੀ ਕਰੇ ਦੱਸੋ ਕੀ ਕਰੀਏ ਦੱਸੋ ਸਾਰੇ ਜਾਮ ਲਾਉਂਦੇ ਆ ਜੀ ਭਾਈ ਕਿਹੜੇ ਜਾਮ ਲਾਉਂਦੇ ਆ ਭਾਈ ਨਹੀਂ ਖਰਾਬ ਕਰਦੇ ਆ ਭਾਈ ਬਿਮਾਰ ਬੰਦਾ ਕੀ ਕਰੇ ਦੱਸੋ ਸਾਰੇ ਬੰਦੇ ਨਹੀਂ ਇੱਕ ਨਹੀਂ ਉਹਦੇ ਕੋਲ ਸਾਰੇ ਉਹਦੇ ਪਰ ਗੱਲ ਸਹੀ ਖੜੇ ਕੀ ਗੱਲ ਛੱਡੋ ਮੇਰੇ ਭਾਈ ਗਾਲਾਂ ਕੱਢ ਰਹੇ ਤੁਹਾਨੂੰ ਛੱਡੋ ਯਾਰ ਇਹ ਆਪ ਗਾਲਾਂ ਕੱਢਦੇ ਹੀ ਨਾਲ ਭਾਈ ਮੈਂ ਗੱਲ ਮੈਂ ਲੋ ਕਰਦੇ ਆ ਮੈਂ ਕੋਈ ਤੋਂ ਆ ਕੇ ਕਹਿੰਦੇ ਇਹ ਪੰਜਾਬੀ ਬੰਦਾ ਪੰਜਾਬੀ ਨਾਲ ਗੱਲ ਕਰਦਾ ਗਲਤ ਕਰਕੇ ਗਾਲ ਕੱਢਦੇ ਆ ਵੀ ਜਿਹੜੀ ਗਾਲ ਸੁਣ ਨਹੀਂ ਸਕਦੇ ਉਹ ਕਹਿੰਦੇ ਵੀ ਐਂ ਕਰ ਲੋ ਮੇਰਾ ਨਾਮ ਚਕਵਿੰਦਰ ਸਿੰਘ ਹੈ ਜੀ ਕੀ ਗੱਲ ਬਾਤ ਉਹ ਇਹਨੂੰ ਕਿਹਾ ਵੀ ਅੱਗੇ ਲੈ ਜਾਓ ਕਹਿੰਦਾ ਆ ਜਾ ਕਹਿੰਦਾ ਤੇ ਖੜੂਗਾ ਕਹਿੰਦਾ ਫਿਰ ਆ ਕਰ ਲਾ ਉਹੀ ਗੁੱਟ ਮਾਰਨੀ ਜੀ ਕਿਸੇ ਨੂੰ ਨਹੀਂ ਹੱਥ ਵੀ ਜੋੜੀ ਦੇ ਇਹਨਾਂ ਦੇ ਅੱਗੇ ਫਿਰ ਧੱਕੇ ਨਾਲ ਆ ਕੇ ਖੜਦੇ ਆ ਬਦਮਾਸ਼ੀ ਕਰਦੇ ਆ ਭਾਈ ਮੈਂ ਜਿਹੜੇ ਹਣੀ ਪੈਰ ਫੜ ਲੈਣਾ ਵਾ ਅਸੀਂ ਫੜਿਆ ਤੇਰੇ ਹੱਥ ਜੋੜੇ ਤੇਰੇ ਪੈਰ ਫੜ ਦਵਾ ਪਰ ਮੈਂ ਗਾਇਰ ਨਾਲ ਆਉਂਦੇ ਆ ਇਹ ਉਹ ਦੇਖੋ ਹੁਣ ਪਰਲੇ ਪਾਸੇ ਮਾਰੇ ਨਾਲੇ ਕੈਮਰਾ ਜੀ ਉਹ ਦੇਖੋ ਕਿਵੇਂ ਖੜੇ ਇਹਨਾਂ ਨੇ ਘੁੰਮ ਕੇ ਫਿਰ ਆਏ ਇੱਧਰ ਉੱਧਰ ਪੁੱਛਣਾ ਕੀ ਗੱਲ ਹਾਂਜੀ ਹੁਣ ਦੱਸੋ ਭਾਜੀ ਮੈਂ ਕੰਮ ਕਰਨਾ ਵੇ ਮੈਂ ਕੰਮ ਕਰਨ ਆਇਆ ਆਣਾ ਵੇ ਭਾਈ ਆਪਣੀ ਸਵਾਰੀ ਲਾਂਦਾ ਹਾਂ ਮੈਂ ਧੱਕੇ ਨਾਲ ਯਾਰ ਉੱਥੇ ਕਿਵੇਂ ਗਿਆ ਵੇ ਆ ਕਰ ਲਾ ਆ ਜਾ ਮੈਂ ਖੜੂੰਗਾ ਇੱਥੇ ਬਸ ਕਰੋ ਭਰਾਵਾ ਬਸ ਕਰ ਚੱਲ ਜਾ ਚੱਲ ਜਾ ਤੁਹਾਡਾ ਕੀ ਨਾਮ ਹੈ ਤੁਸੀਂ ਕਰ ਜਲਦੀ ਆਟੋ ਆ ਜੀ ਆਪਣਾ ਉਹ ਸਾਈਡ ਤੇ ਲੱਗਿਆ ਨਹੀਂ ਆਟੋ ਹੈ ਜੇ ਤੁਹਾਡਾ ਵੀ ਆਟੋ ਤੇ ਫਿਰ ਉਹ ਬਦਲਣੇ ਵੀ ਕੰਮ ਕਰਨੇ ਕੰਮ ਕਰਨ ਮੇਰੇ ਜੀ ਅਸੀਂ ਕਹਿ ਰਹੇ ਆ ਵੀ ਜਾ ਰਹਿਣ ਦੋ ਬਾਈ ਜੀ ਨਾ ਤੁਸੀਂ ਸਾਈਡ ਦੇ ਨਾ ਗੇਟ ਦੇ ਅੱਗੇ ਜਾਮ ਲਾਉਂਦੇ ਆ ਬਾਈ ਜੀ ਨਹੀਂ ਜਾਮ ਫਿਰ ਤੁਹਾਡੇ ਵੀ ਤਾਂ ਆਟੋ ਲੱਗਦੇ ਨੇ ਉਹ ਪਰੇ ਹੈ ਜੀ ਸਾਈਡ ਆਟੋ ਤੁਹਾਡੇ ਸਾਈਡ ਤੇ ਲੱਗਦਾ ਪਿੱਛੇ ਆ ਉਹ ਪਿੱਛੇ ਆ ਨਹੀਂ ਅਗੇ ਨੇ ਵੀ ਕੰਮ ਕਰਨਾ ਭਾਜੀ ਬਾਜ ਦਿੱਤੀ ਵੀ ਸਾਈਡ ਤੇ ਲੈ ਜਾ ਗੇਟ ਦੇ ਅੱਗੇ ਲੱਗਦਾ ਜੇ ਆਪਦਾ ਸਾਰੇ ਨਹੀਂ ਕਰਨਾ ਉਹ ਸ਼੍ਰੀਮਾਨ ਜੀ ਕਰੋ ਜੇ ਤੁਸੀਂ ਕਮਾਣਾ ਅਗਲਾ ਹੀ ਕਮਾਣਾ ਕਰੋ ਕਮਾਓ ਕੋਈ ਢੰਗ ਨਾਲ ਬਾਈ ਜੀ ਇੱਥੋਂ ਸਵਾਰੀ ਬੈਠੀ ਆ ਆਵਾਜ਼ਾਂ ਮਾਰ ਕੇ ਲਾ ਲੈਂਦੇ ਆ ਜਾਮ ਲਾਇਆ ਤੋੜਦੇ ਆ ਤੋਂ ਮੀਡੀਆ ਇਹ ਕਹਿੰਦਾ ਕਹਿੰਦਾ ਭਾਈ ਮੇਰੇ ਕੋਲ ਪਾਣੀ ਪੈਂਦਾ ਮੈਂ ਨਹੀਂ ਚੱਲ ਸਕਦਾ ਹੈਗਾ ਭਾਜੀ ਕੀ ਗੱਲ ਹੋਈ ਤੁਹਾਨੂੰ ਬਾਹਰ ਕਿੰਨੇ ਦਿਨ ਲਗਾਉਂਦੇ ਸਵਾਰੀ ਬਿਠਾਈ ਪਹਿਲੇ ਸਵਾਰੀ ਲਾਈ ਤੇ ਸਵਾਰੀ ਬਿਠਾ ਲਈ ਇਹਨਾਂ ਨੇ ਮੈਨੂੰ ਮਾਂ ਪੈਂਦੀ ਗਾਲਾਂ ਕੱਢਤੀਆਂ ਪੈਣ ਦੇ ਲੋੜੇ ਅੱਗੇ ਕਰ ਮੈਂ ਕਿਹਾ ਸਾਈ ਗਾਲ ਨਾ ਕੱਢੋ ਫਿਰ ਸਾਰਿਆਂ ਨੇ ਮੈਨੂੰ ਬੋਲਣ ਲੱਗ ਗਏ ਮੈਂ ਕਿਹਾ ਅਜੇ ਪੈਰ ਫੜਦਾ ਮੈਂ ਮੇਰਾ ਕੋਈ ਰੋਲ ਨਹੀਂਗਾ ਮੇਰਾ ਕਮਾਣਾ ਹੈ 20 50 ਕਮਾਣੇ ਮੈਂ ਕਿਹਾ ਕੋਈ ਜ਼ਿਆਦਾ ਕਮਾਣਾ ਵਾ ਵੀ ਪਿਆ ਤੂੰ ਦਿਹਾੜੀ ਦੇ ਵਿੱਚ ਸਾਰਾ ਦਿਨ ਇੱਥੇ ਹੀ ਲਾ ਜਾਂਦਾ ਭਾਈ ਮੈਂ ਤੁਸੀਂ ਕੈਮਰਾ ਚੈੱਕ ਕਰਾ ਮੈਂ ਦੂਜੀ ਵਾਰ ਆਇਆ ਵਾਂ ਕਿਉਂਕਿ ਮੈਂ ਪੰਜ ਮਿੰਟ ਕਰ ਨਹੀਂ ਸਕਦਾ ਮੈਂ ਕੈਮਰੇ ਦੇ ਮੈਂ ਪੰਜ ਮਿੰਟ ਕਰ ਮੈਂ ਥੱਲੇ ਵੀ ਨਹੀਂ ਉਤਰ ਸਕਦਾ ਭਾਜੀ ਮੇਰੇ ਥੱਲੇ ਵੀ ਨਹੀਂ ਉਤਰ ਸਕਦਾ ਮੇਰੇ ਆਹ ਮੇਰੇ ਗੋਡੇ ਰੱਖੋ ਆਹ ਸੁੱਚੇ ਮੇਰੇ ਗੋਡੇ ਰੱਖੋ ਕਰਦੀ ਮਾਫ ਭਾਈ ਸਭ ਕੁਝ ਮੈਟਰ ਵੈਲਿਊ ਸਰਕਾਰ ਨੇ ਨੇ ਪਲੇਟ ਦਿੱਤੀ ਲਾਉਣ ਨੂੰ ਬੱਤੀ ਦਿੱਤੀ ਕਿਹੜ ਮੰਗੇ ਭਾਈ ਮੈਂ ਗਰੀਬ ਨਾ ਹੋ ਨਹੀਂ ਕੰਮ ਕਰਦਾ ਫੇ ਭਾਈ ਮੈਂ 20 50 ਸੌ ਕਮਾਣਾ ਹੁੰਦਾ ਇਹ ਤੁਸੀਂ ਇਹ ਵਰਦੀ ਦੀ ਗੱਲ ਕਰ ਰਹੇ ਹੋ ਮੈਂ ਕੰਮ ਨਹੀਂ ਕਰ ਸਕਦਾ ਭਾਈ ਭਾਈ ਜੀ ਇੱਥੇ ਜਿੰਨੇ ਆਈ ਰੱਖੇ ਮੈਂ ਰੋਜ਼ ਦਾ 20 ਚਲਾਨ ਕਰਦਾ ਨਹੀਂ ਫਿਰ ਆਟੋ ਵਾਲਾ ਆਵੇ ਚਲਾਨ ਕਰਦੇ ਆ ਪੁੱਛੋ ਮੈਂ ਡੇਲੀ ਚਲਾਨ ਕਰਦਾ ਆਟੋ ਦੇ ਬਾਕੀ ਖੜੇ ਨੇ ਜੀ ਹੁਣ ਮੈਂ ਤੋਰੂਗਾ ਇਹਨੇ ਇਕੱਠੇ ਹੋ ਗਿਆ ਤਾਂ ਧੱਕਾ ਕਰ ਰਹੇ ਨੇ ਬਾਕੀ ਆਟੋ ਖੜੇ ਫਿਰ ਉਹਨੇ ਧੱਕਾ ਕੀਤਾ ਤੇ ਨਾ ਭਾਈ ਮੈਨੂੰ ਬਾਹਰ ਦੇ ਦੇ ਮੈਨੂੰ ਕੋਈ ਧੱਕਾ ਨਹੀਂ ਕੀਤਾ ਮੈਨੂੰ ਹੋਰ ਕੋਈ ਨਹੀਂ ਆਪਾਂ ਸਵਾਰੀ ਲਾਈ ਆ ਬਾਈ ਜੀ ਮੈਨੂੰ ਇੱਥੇ 3 ਮਹੀਨੇ ਲੱਗਣ ਹੋ ਗਏ ਆ ਕੋਈ ਆਟੋ ਵਾਲਾ ਕੋਈ ਘੱਟੋ ਘੱਟ ਮੈਂ 20 ਚਲਾਨ ਡੇਲੀ ਕਰਦਾ ਠੀਕ ਆ ਇਹ ਆਟੋ ਵਾਲੇ ਕਿਸੇ ਦੇ ਮੇਤਰੀ ਜਿੰਨੇ ਪਰ 10 ਮੁਲਾਜ਼ਮ ਲੱਗ ਜਾਣੇ ਇਹ ਬਸ ਅਸੀਂ ਜੇ ਭਜਾ ਦੇ ਚੱਲ ਪਈ ਐਨ ਮੂੰਹ ਕਰ ਜਾ ਫੇ ਉੱਥੇ ਲਾ ਲਿਆ ਮਹਾਰਾਜ ਇੱਧਰ ਉੱਧਰ ਮੂੰਹ ਕਰ ਲੈ ਬਸ ਛੜੇ ਉੱਥੇ ਲਾ ਲਿੰਦੇ ਆ ਅਸੀਂ ਤਾਂ ਕਿੰਨੇ ਨੇ ਨੂੰ ਕੋਈ ਸਟੈਂਡ ਦਿੱਤਾ ਜਾਏ ਕਿਤੇ ਚੰਗੀ ਜਗ੍ਹਾ ਹੋਏ ਇਹ ਆ ਬਿਨਾ ਵਰਦੀ ਤੋਂ ਅਸੀਂ ਡੇਲੀ ਚਲਾਨ ਕਰਦੇ ਹਾਂ ਇਹ ਆਈ ਰਕਸ਼ੇ ਵਾਲੇ ਤਾਂ ਵਰਦੀ ਪਾਉਂਦੇ ਨਹੀਂ ਹੁਣ ਜਿਹੜੇ ਆਟੋ ਵਾਲੇ ਉਹਨਾਂ ਦੇ ਨੰਬਰ ਲੱਗੇ ਇਹ ਨਾ ਨੰਬਰ ਲਾਉਂਦੇ ਆਈ ਰਕਸ਼ੇ ਵਾਲੇ ਨਾ ਵਰਦੀ ਪਾਉਂਦੇ ਆ ਜੇ ਇਹਨਾਂ ਨੂੰ ਪੁੱਛਿਆ ਵਰਦੀ ਅਸੀਂ ਤਾਂ ਧੋ ਗਏ ਆਏ ਹਾਂ ਅਗਰ ਕੋਈ ਟ੍ਰੈਫਿਕ ਦੇ ਰੂਲ ਦੀ ਉਲੰਘਣਾ ਕਰਦਾ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਦੇ ਆ ਬਿਲਕੁਲ ਕਰਦੇ ਆ ਆ ਦੇਖੋ ਵੀ ਚਲਾਨ ਕਰਨ ਡਿਆ ਡੇਲੀ ਚਲਾਨ ਕਰਦਾ ਜਦੋਂ ਮਰਜ਼ੀ ਚੈੱਕ ਕਰੋ ਵਰਦੀ ਚੈੱਕ ਕੀਤੀ ਜਾਊਗੀ ਸਾਰਿਆਂ ਦੀ ਸਾਰਿਆਂ ਦੀ ਵਰਦੀ ਸਾਰਿਆਂ ਦੀ ਚੈੱਕ ਕੀਤੀ ਸਾਰਿਆਂ ਦਾ ਚਲਾਨ ਕਰਦੇ ਇਹ ਲਿਦਿਆ ਬਸ ਸਾਡੇ ਜੇ 100 ਆਟੋ ਨਾ 100 ਆਟੋ ਆ 10 ਬੰਦੇ ਵਰਦੀ ਪਾਉਂਦੇ ਆ ਅਸੀਂ ਤਾਂ ਕਹਿ ਕੇ ਥੱਕੇ ਚਲਾਨ ਕਰਕੇ ਇਹ ਪਾਉਂਦੇ ਨਹੀਂ ਅਸਰ ਗੱਲ ਕਰੀਏ 20 ਰੁਪਏ ਦੀ ਸਵਾਰੀ ਨੂੰ ਲੈ ਕੇ ਹੁਣ ਕਾਫੀ ਹੰਗਾਮਾ ਆਇਆ ਇੱਥੇ ਇਹ ਇਹਨਾਂ ਦਾ ਆਪਣੇ ਦੀ ਹੋ ਰਿਹਾ ਉਹ ਕਹਿੰਦਾ ਤੂੰ ਲਾ ਲਿਆ ਉਹ ਕਹਿੰਦਾ ਤੂੰ ਲਾ ਲਿਆ ਸਵਾਰੀ ਨੂੰ ਨਹੀਂ ਉਹ ਇਹਦਾ ਬੱਸ ਸਟੈਂਡ ਦੇ ਗੇਟ ਦੇ ਉੱਤੇ ਆਟੋ ਵਾਲੇ ਜਾਮ ਲਾਉਂਦੇ ਨੇ ਅਸੀਂ ਹੁਣ ਜਿਹੜਾ ਬਿਨਾ ਵਰਦੀ ਤੋਂ ਉਹਦਾ ਵੀ ਚਲਾਨ ਕਰਾਂਗੇ ਤੇ ਜਿਹੜਾ ਬੱਸ ਸਟੈਂਡ ਦੇ ਗੇਟ ਦੇ ਉੱਤੇ ਨੋ ਪਾਰਕਿੰਗ ਆਟੋ ਲਾਊਗਾ ਨੋ ਪਾਰਕਿੰਗ ਦਾ ਵੀ ਚਲਾਨ ਕਰਾਂਗੇ ਸਿੱਧੇ ਤੌਰ ਤੇ ਚੇਤਾਵਨੀ ਹੈ ਜੀ ਫਿਰ ਇਹਨਾਂ ਨੂੰ ਸਿੱਧੇ ਤੌਰ ਤੇ ਦੇਖੋ ਡੀਜੀਪੀ ਵੀ ਅੱਜ ਲੁਧਿਆਣੇ ਦੇ ਆਏ ਹੋਏ ਨੇ ਸਾਡੇ ਸੀਪੀ ਸਾਹਿਬ ਦਾ ਆਰਡਰ ਆ ਵੀ ਤਿਆਰਾਂ ਦੇ ਬੱਦੇ ਦਾ ਨਜ਼ਰ ਵੀ ਸਾਰੇ ਦੇ ਚਲਾਨ ਕਰੋ ਤੇ ਆਟੋ ਵਾਲਿਆਂ ਵੱਲੋਂ ਜਿਹੜੀ ਵਰਦੀ ਨਹੀਂ ਪਾਈ ਜੋ ਕੋਈ ਉਹਨਾਂ ਦਾ ਵੀ ਚਲਾਨ ਹੋਊਗਾ ਆ ਪਿੱਛੇ ਆਟੋ ਹੋਰ ਖੜੇ ਜੀ ਸਾਰੇ ਭਜਾ ਰਹੇ ਸਾਰੇ ਚਲਾਨ ਕਰ ਰਹੇ ਓਕੇ ਇਹ ਸਟੈਂਡ ਪੱਕਾ ਜੀ ਇਹ ਨਹੀਂ ਨਹੀਂ ਕੋਈ ਸਟੈਂਡ ਨਹੀਂ ਹੈ ਨਹੀਂ ਆਟੋ ਵਾਲੇ ਕਹਿੰਦੇ ਨੇ ਸਟੈਂਡ ਨਹੀਂ ਨਹੀਂ ਇਹ ਸਟੈਂਡ ਨਹੀਂ ਸਟੈਂਡ ਬੱਸ ਸਟੈਂਡ ਦੇ ਅੰਦਰ ਪੱਕਾ ਇਹ ਤਾਂ ਵੈਸੇ ਹੀ ਲਾ ਲੈਂਦੇ ਨੇ ਇੱਥੇ ਆ ਕੇ ਕਦੇ ਕੋਈ ਆ ਕੇ ਲਾ ਲੈਂਦਾ ਕਦੇ ਕੋਈ ਆ ਕੇ ਲਾ ਲੈਂਦਾ ਸਟੈਂਡ ਵਾਲਾ ਬੰਦਾ ਇੱਥੇ ਕੋਈ ਆਟੋ ਨਹੀਂ ਲਾਉਂਦਾ ਹੈਗਾ ਬਾਹਰ